चलना बड़ी वड्डी गल हुंदी आ। साडा जिहड़ा फस्ट गाणा सी उहने बहुत प्यार मिलिया, ठीक है जी। उदों बाद ठीक आ, किते ना किते ग्राफ नीचे भी जांदा, फिर उदों बाद फिर अप हो गया ग्राफ, ठीक आ, मतलब हुण स्टेबल आ। फेज ने, लाइफ दे इस फेज ने की सिखाया नवाब? ट्रस्ट, कि मतलब ट्रस्ट अपनी है नहीं इत्थे। सब सबर पुछो ना तुसीं कि अनलिमिटेड तुहानूं सबर करना पैंदा बहुत ज़्यादा। कुछ गल्लां दिल च है? गल्लां तां बहुत ने देखो, पर मैं ताड़ी अखां बोल रही हां, मैं तां के ना मैं कदे बोलिया कुछ भी, पर ठीक है, तुहानूं आपदा तुहाडी लाइफ जिहड़ी है ना, जे तुसीं थोड़ा पास ही रहोगे तां वधिया। गाने तो लोग थोड़े पसंद करते करते है ना, नवाब का कोई है प्लान कि मैं भी फिल्म करा? हूँ जिदा फिल्म आज स्क्रीनिंग ते आए हो, कोई बन रहा है मूड कि फिल्म भी करें? नहीं, फिल्म जरूर बनावांगे, थोड़ा टाइम लगेगा। किस तरह के किरदार करना चाहते हैं? कुछ तो होएगा प्लान है ना, कि एक कि इदा दे सॉफ्ट लवर बॉय होना चाहते हो कि लवर लुवर बॉय तो नहीं, मैं थोड़ा चकमे जिहा लई है मेरा। हां, इंटेंस किरदार पसंद है। हां, चाहे तुसी एक वीक बाद कर लो जा 10 दिन बाद कर लो, बट ईपी एक वारी नहीं। ਕਿੰਨਾ ਕੁ ਸੈਟੀਸਫਾਈਡ ਹੈ ਨਵਾਬ ਆਪਣੇ ਹੁਣ ਤੱਕ ਦੇ ਕਰੀਅਰ ਤੋਂ, ਹੈ ਨਾ? ਤੁਹਾਡਾ ਇੱਕ ਗਾਣਾ ਬਹੁਤ ਜਦੋਂ ਚੱਲਦਾ ਤਾਂ ਲੋਕ ਤੁਹਾਡੇ ਤੋਂ ਉਮੀਦ ਵੀ ਬਹੁਤ ਜ਼ਿਆਦਾ ਕਰਦੇ ਆ, ਹੈ ਨਾ? ਉਸ ਗਾਣੇ ਤੋਂ ਬਾਅਦ ਓਬਵੀਅਸਲੀ ਜ਼ਿੰਦਗੀ ਬਦਲੀ ਹੈ। ਇਸ ਸ਼ੋਬਿਜ਼ ਦੀ ਲਾਈਫ ਨੂੰ ਮੇਨਟੇਨ ਕਰਨਾ ਕਿੰਨਾ ਔਖਾ ਹੈ ਔਰ ਕਿੰਨਾ ਜਾਂ ਸੌਖਾ ਹੈ? ਨਹੀਂ ਦੇਖੋ, ਮੇਨਟੇਨ ਜੇ ਤੁਸੀਂ ਗਾਣੇ ਤੁਹਾਡੇ ਆਉਂਦੇ ਰਹਿਣਗੇ, ਦੇਖੋ ਗਾਣਾ ਚੱਲਣਾ ਬੜੀ ਵੱਡੀ ਗੱਲ ਹੁੰਦੀ ਆ। ਸਾਡਾ ਜਿਹੜਾ ਫਸਟ ਗਾਣਾ ਸੀ ਉਹਨੇ ਬਹੁਤ ਪਿਆਰ ਮਿਲਿਆ, ਠੀਕ ਹੈ ਜੀ। ਉਦੋਂ ਬਾਅਦ ਠੀਕ ਆ, ਕਿਤੇ ਨਾ ਕਿਤੇ ਗ੍ਰਾਫ ਨੀਚੇ ਵੀ ਜਾਂਦਾ, ਫਿਰ ਉਦੋਂ ਬਾਅਦ ਫਿਰ ਅਪ ਹੋ ਗਿਆ ਗ੍ਰਾਫ, ਠੀਕ ਆ, ਮਤਲਬ ਹੁਣ ਸਟੇਬਲ ਆ, ਹੁਣ ਕੋਈ ਪ੍ਰੋਬਲਮ ਨਹੀਂ। ਇਸ ਫੇਜ਼ ਨੇ, ਲਾਈਫ ਦੇ ਇਸ ਫੇਜ਼ ਨੇ ਕੀ ਸਿਖਾਇਆ ਨਵਾਬ? ਟਰੱਸਟ, ਕਿ ਮਤਲਬ ਟਰੱਸਟ ਆਪਣੀ ਹੈ ਨਹੀਂ ਇੱਥੇ। ਹਾਂ, ਤੁਸੀਂ ਇੰਨੇ ਸਾਲਾਂ 'ਚ ਇਹ ਨੋਟਿਸ ਕੀਤਾ ਕਿ 5-6 ਸਾਲਾਂ ਦੇ ਵਿੱਚ ਕਿ ਇਹ ਚੀਜ਼ ਹੈ? ਨਹੀਂ, ਮੈਨੂੰ ਵੈਸੇ 5 ਸਾਲ ਹੋ ਗਿਆ, ਮੈਂ ਵੈਸੇ ਮੈਂ ਟਰੱਸਟ ਜ਼ਿਆਦਾ ਕਰ ਲੈਂਦਾ, ਫਿਰ ਉਦੋਂ ਬਾਅਦ ਤੁਹਾਨੂੰ ਬੜੀਆਂ ਪ੍ਰੋਬਲਮਸ ਆਉਂਦੀਆਂ, ਠੀਕ ਆ। ਹੁਣ ਥੋੜ੍ਹਾ ਜਿਹਾ ਟਰੱਸਟ ਨਹੀਂ, ਆਪਦਾ ਤੁਸੀਂ ਕਰੋ ਅਤੇ ਆਪਦਾ ਖਾਓ। ਸਬਰ ਵੀ ਮੈਨੂੰ ਲੱਗਦਾ ਕਿ ਬਹੁਤ ਕਰਨਾ ਪੈਂਦਾ ਹੈ। ਬਹੁਤ ਸਬਰ ਪੁੱਛੋ ਨਾ ਤੁਸੀਂ, ਕਿ ਅਨਲਿਮਿਟਿਡ ਤੁਹਾਨੂੰ ਸਬਰ ਕਰਨਾ ਪੈਂਦਾ ਬਹੁਤ ਜ਼ਿਆਦਾ। ਕੁਝ ਗੱਲਾਂ ਦਿਲ 'ਚ ਹੈ? ਗੱਲਾਂ ਤਾਂ ਬਹੁਤ ਨੇ ਦੇਖੋ, ਪਰ ਮੈਂ ਤੁਹਾਡੀ ਅੱਖਾਂ ਬੋਲ ਰਹੀ ਹਾਂ, ਮੈਂ ਤਾਂ ਕਿ ਨਹੀਂ ਨਹੀਂ ਅੱਖਾਂ ਮੇਰੀਆਂ ਬਹੁਤ ਕੁਛ ਬੋਲਦੀਆਂ, ਮੈਂ ਮੇਰੇ ਮਨ ਨੇ ਤਾਂ ਬਹੁਤ ਕੁਛ ਆ, ਬੜਾ ਕੁਛ ਭਰਿਆ ਹੋਇਆ ਲਾਸਟ 4-5 ਸਾਲਾਂ ਤੋਂ। ਬਟ ਮੈਂ ਕਦੇ, ਤੁਸੀਂ ਮੇਰੀ ਇੰਟਰਵਿਊ ਵੀ ਦੇਖੀ ਹੋਣੀ ਆ, ਜਦੋਂ ਐਕਸਪਰਟ ਜਿਹਾ ਟਾਇਆ ਸੀ ਉਦੋਂ ਹੀ 2-4 ਮਤਲਬ ਮੈਨੂੰ ਲੱਗਦਾ ਮੈਂ ਕੀਤੀਆਂ ਹੋਣਗੀਆਂ ਇੰਟਰਵਿਊ। ਉਦੋਂ ਬਾਅਦ ਮੈਂ ਕਦੇ ਵੀ ਵੈਸੇ ਮੀਡੀਆ ਦੇ ਸਾਹਮਣੇ ਨਹੀਂ ਆਇਆ, ਨਾ ਮੈਂ ਕਦੇ ਬੋਲਿਆ, ਹਾਂ, ਅਤੇ ਨਾ ਮੈਂ ਕਦੇ ਬੋਲਿਆ ਕੁਛ ਵੀ। ਬਟ ਠੀਕ ਆ, ਤੁਹਾਨੂੰ ਆਪਦਾ ਤੁਹਾਡੀ ਲਾਈਫ ਜਿਹੜੀ ਹੈ ਨਾ, ਜੇ ਤੁਸੀਂ ਥੋੜ੍ਹਾ ਪਾਸ ਹੀ ਰਹੋਗੇ ਤਾਂ ਵਧੀਆ। ਮੈਨੂੰ ਲੱਗਦਾ ਕਿ ਜਿੰਨਾ ਕੁ ਅਸੀਂ ਕਿਸੇ ਚੀਜ਼ ਨੂੰ ਪੰਡਾਂਗੇ ਉਹ ਸਾਡੇ 'ਤੇ ਨੈਗੇਟਿਵ ਇਫੈਕਟ। ਬਿਲਕੁਲ ਬਿਲਕੁਲ, ਦੇਖੋ ਜਿੰਨਾ ਜ਼ਿਆਦਾ ਤੁਸੀਂ ਕਿਸੇ ਬਾਰੇ ਬੋਲੋਗੇ, ਮੈਨੂੰ ਇਹ ਹੁੰਦਾ ਕਿ ਹਾਂ ਮੈਂ ਯਾਰ ਆਪਦੀ ਲਾਈਫ ਨਾਲ ਓਕੇ ਆ, ਠੀਕ ਆ, ਤੁਸੀਂ ਗਾਣੇ ਕਰੋ, ਠੀਕ ਆ, ਵਧੀਆ ਚੱਲਦੇ ਰਹਿਣ, ਓਕੇ ਆ, ਕਿਸੇ ਨੂੰ ਬੋਲ ਕੇ ਵੀ ਤੁਹਾਨੂੰ ਕੀ ਮਿਲੂਗਾ, ਠੀਕ ਹੈ ਜੀ। ਹਾਂ, ਵੈਸੇ ਗਲਤ ਬੋਲਣਾ ਵੀ ਨਹੀਂ ਚਾਹੀਦਾ ਕਿਸੇ ਬਾਰੇ, ਠੀਕ ਆ, ਤੁਸੀਂ ਆਪਦਾ ਕੰਮ ਕਰੋ, ਓਕੇ, ਦੈਟਸ। ਵੈਸੇ ਤਾਂ ਬਹੁਤ ਰੋਲ ਆਇਆ, ਜੇ ਮੈਂ ਚਾਹਵਾਂ ਮਤਲਬ ਮੇਰੀ ਤਾਂ ਇੱਛਾ ਹੈ ਕਿ ਤੁਸੀਂ ਕੋਈ 2 ਲਾਈਨਾਂ ਆਪਣੇ ਗਾਣੇ ਦੀਆਂ ਸੁਣਾ ਦਿਓ, ਰੀਸੈਂਟ ਦੀਆਂ ਜਾਂ ਐਕਸਪਰਟ ਜੱਟ। ਹਾਂ, ਮੈਂ ਰੀਸੈਂਟ ਵਾਲੀਆਂ ਆਪਾਂ ਗਾਣਾ ਸੁਣਾ ਦਿੰਦੇ ਹਾਂ ਜੀ। ਮੈਨੂੰ ਯਾਦ ਵੀ ਨਹੀਂ ਕਿਵੇਂ ਸੀਗਾ, ਕਿਉਂਕਿ ਅਸੀਂ ਬ੍ਰੋਕਨ ਹਾਰਟ ਪਾਰਟ 2 ਕੀਤਾ, ਅਤੇ ਮੈਂ ਤੁਹਾਨੂੰ ਫਸਟ ਹੀ ਸੁਣਾ ਦਿੰਦਾ। ਅਤੇ ਲਾਤਾ ਛੱਲਾ ਮਿੱਤਰਾਂ ਦਾ ਤੰਗ ਤਾਣੀ ਹੋ ਗਿਆ, ਸੂਲੀ ਉੱਤੇ ਇਸ਼ਕ ਮੇਰਾ ਟੰਗ ਤਾਣੀ ਹੋ ਗਿਆ, ਪਹਿਲਾਂ ਗੱਲਾਂ ਹੋਰ ਸੀ ਨਹੀਂ ਹੁਣ ਗੱਲਾਂ ਹੋਰ ਨੇ, ਗਹਿਰਾਂ ਦੇ ਰੰਗਾਂ 'ਚ ਦਿਲ ਰੰਗ ਤਾਣੀ ਹੋ ਗਿਆ, ਨੀ ਕਿੱਥੋਂ ਇੰਨਾ ਜੇਰਾ ਕਰਿਆ, ਮੇਰੇ ਮਨ ਤੋਂ ਮੈਂ ਇੰਨਾ ਸੌਖਾ ਲੈ ਗਿਆ ਨੀ, ਜੱਟ ਦੇ ਪਿਆਰ ਬਦਲੇ ਕੋਈ ਸੋਹਣੀਏ ਵਿਖਾ ਕੇ ਵੀਜ਼ਾ ਲੈ ਗਿਆ, ਜੋ ਉਂਗਲ ਚੋਂ ਲਾ ਕੇ ਮੁੜ ਗਈ, ਮੇਰੇ ਫੜਿਆ ਹੱਥਾਂ 'ਚ ਛੱਲਾ ਰਹਿ ਗਿਆ। ਬ੍ਰੋਕਨ ਹਾਰਟ, ਹਾਂਜੀ, ਹਾਂ, ਇਹ ਬ੍ਰੋਕਨ ਹਾਰਟ 2 ਆ। ਬਿਲਕੁਲ, ਹਾਂ, ਸਾਡਾ ਵੇਅਰ ਅਬਾਊਟ ਵੀ ਗਾਣਾ ਆਇਆ ਹੋਇਆ,
तो मेरा तो जैसन का कट्ठा कोलैब सीगा वधिया रिस्पोंस मिल रहा ठीक है हौली हौली चलते जाओ कभी तो ये डिमांड नहीं आती कि यार एक्सपर्ट टू भी बनाओ एक्सपर्ट जट टू नहीं हाँ बनया पाया कोई मतलब असी एक्सपर्ट जट टू बने मेरे हिसाब से 1.5 साल हो गया बट एक वो टाइम पीरियड जहाँ नहीं आ रहा कि उन्होंने हजे रिलीज़ करिए आऊगा टाइम मतलब मन तो कोई पता नहीं कि 2 महीनों कर दिए मन का ठीक है 3 महीनों आ जाए 6 महीने बट हाँ बनया पाया विश यू गुड लक एंड यही उम्मीद करते हैं कि थोड़े रीसेंट गाने में भी बहुत लोग प्यार दे रहे हैं है ना हमेशा तो थोड़ा प्यार मिलता आ रहा है इस तरह प्यार मिलता रहे नवाब थैंक यू सो मच।